सत श्री अकाल दोस्तों, कैनेडियन इमीग्रेशन एंड आयल्स सेंटर पटियाला तो मैं हाँ विक्रम, मेरे नाल ने मैडम रविंदर कौर। और अज की इस वीडियो असं तुम्हें दसन जा रहे हैं कि अपने आप को किवें इंट्रोड्यूस करना है, यानी अपने आप बारे किवें दसना है इंग्लिश लैंग्वेज यूज करके। जो भी तुम कोई इंसान को देखते हो कि वह तुम्हें अपने बारे इंग्लिश जानकारी देता है तो तुम उसको बहुत वधिया एजुकेटेड इंसान समझते हो। अज तो तुसी भी अपने आप उस कैटेगरी के अंदर इनकलूड कर सकोगे, क्योंकि असं तुम्हें दसन जा रहे हैं किवें अपने आप को इंग्लिश लैंग्वेज यूज करके तुसी इंट्रोड्यूस करना है। सिर्फ अपने आप को नहीं, अपनी फैमिली नू, जा जो भी तुहाडे फ्यूचर गोल्स ने, जो भी तुहाडे इंटरस्ट ने, वो सारा कुछ तुहाडे इंट्रोडक्शन का पार्ट है। वो सारी चीज़ नू तुसी यूज कर सकते हो। ये इंपॉर्टेंट किवें है मैडम रविंदर तुहानू दसणगे कि किस तरह इंपॉर्टेंट है तुहानू इंट्रोडक्शन बारे प्रोपर जानकारी होना। ਜਦੋਂ ਵੀ ਅਸੀਂ ਕਿਸੇ ਵੀ ਆਇਲਸ ਸੈਂਟਰ ਜਾਂ ਆਇਲਸ ਦਾ ਪੇਪਰ ਦਿੰਦੇ ਹਾਂ ਜਾਂ ਕਿਸੇ ਜੋਬ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਬੇਸਿਕਲੀ ਜਿਹੜੀ ਹੈ ਇੰਟਰੋਡਕਸ਼ਨ ਪੁੱਛੀ ਜਾਂਦੀ ਹੈ। ਇੰਟਰੋਡਕਸ਼ਨ ਬੱਚਿਆਂ ਨੂੰ ਆਪਣੇ ਆਪ ਨੂੰ ਇੰਟਰੋਡਿਊਸ ਹੀ ਨਹੀਂ ਕਰਨਾ ਹੁੰਦਾ। ਸੋ ਇੱਥੇ ਤੁਹਾਨੂੰ ਮੈਂ ਦੱਸਾਂਗੀ ਵੀ ਇੰਟਰੋਡਕਸ਼ਨ ਦੀ ਸਾਡੀ ਜਿਹੜੀ ਜ਼ਿੰਦਗੀ ਦੇ ਵਿੱਚ ਆ ਉਹ ਮੇਨ ਇੰਪੋਰਟੈਂਸ ਆ। ਕੰਟੀਨਿਊ ਸਰ। ਓਕੇ, ਸੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਇੱਕ ਅਪਰੋਚ ਹੈ ਜਿਹੜੀ ਉਹ ਯੂਜ਼ ਕਰ ਸਕਦੇ ਹਾਂ ਆਪਣੇ ਆਪ ਨੂੰ ਇੰਟਰੋਡਿਊਸ ਕਰਨ ਲਈ। ਸੋ ਸਭ ਤੋਂ ਪਹਿਲੀ ਚੀਜ਼ ਜਿਹੜੀ ਸਾਨੂੰ ਪਤਾ ਹੈ ਕਿ ਸਾਡਾ ਨਾਮ ਹੈ। असी इंग्लिश के अंदर जो नाम नू इंट्रोड्यूस करना है तो इतने असी की है कुछ क्वेश्चन्स लए ने जिन्हां दी हेल्प नाल असी तुहानू दसांगे कि किवें किवें क्वेश्चन्स हो सकते हैं। ओके, और किवें तुसी उन्हां दा आंसर करना है। ठीक है जी, सब तो पहला क्वेश्चन एज यूजुअल तुसी तुहानू पता ही है बहुत सारे बच्चों नू, व्हाट इज़ योर नेम। ओके, ਤੁਹਾਨੂੰ ਜੋ ਵੀ ਤੁਹਾਡੇ ਇੰਟਰਵਿਊ ਵਿਊਰ ਹੈ ਉਹ ਤੁਹਾਨੂੰ ਪੁੱਛ ਰਿਹਾ ਕਿ ਤੁਹਾਡਾ ਨਾਮ ਕੀ ਹੈ। ਸੋ ਕਿਉਂਕਿ ਬੇਸਿਕਲੀ ਬੱਚੇ ਦਾ ਨਾਮ What is your name? Means my name is Ravinder, जो भी है, हाँ जी। तब तो ठीक है, इधर आंसर क्या होगा? बड़ा शॉर्ट तो सिंपल आंसर है। My name is, जितना मैं आपने केस से करूँ करा, My name is Vikram, My name is Ravinder for her case, okay? So तुसी अगर introduction चापना नाम बड़े बढ़िया sentence नल दस दे हो ਤਾਂ ਇੱਥੋਂ ਹੀ ਤੁਹਾਡਾ ਇੱਕ ਪੋਜ਼ਿਟਿਵ ਇਨਫਲੂਐਂਸ ਹੈ ਜਿਹੜਾ ਸਾਹਮਣੇ ਵਾਲੇ ਦੇ ਉੱਤੇ। ਦੇਖੋ ਬੱਚੇ, ਇੱਕ ਹੋਰ ਗੱਲ, ਵਾਟ ਮੀਨਸ ਕੀ ਇਜ਼ ਮੀਨ ਹੈ, ਦੈਨ ਯੋਰ ਮੀਨਸ ਤੁਹਾਡਾ, ਨੇਮ ਮੀਨਸ ਨਾਮ, ਫਿਰ ਮਾਈ ਮੀਨਸ ਮੇਰਾ। ਜੇ ਬੱਚੇ ਤੁਹਾਨੂੰ ਇੱਥੇ ਕਨਫਿਊਜ਼ਨ ਹੈ ਤਾਂ ਮੈਂ ਇੱਥੇ ਲਿਖ ਦਿੰਦੀ ਹਾਂ ਤੁਹਾਨੂੰ, ਵਾਟ ਮੀਨਸ ਕੀ ਇਜ਼ ਮੀਨ ਹੈ, ਯੋਰ ਮੀਨਸ ਤੁਹਾਡਾ, ਦੈਨ ਨੇਮ ਮੀਨਸ ਨਾਮ, ਤੁਹਾਡਾ ਨਾਮ ਕੀ ਹੈ। ਤੁਸੀਂ ਕਹੋਗੇ ਮਾਈ, ਮਾਈ ਮੀਨਸ ਉਹਦਾ ਕੁਐਸਚਨ ਆਨਸਰ ਆ ਗਿਆ, ਮਾਈ ਮੀਨਸ ਮੇਰਾ, ਮੇਰਾ ਨਾਮ ਹੈ ਜੋ ਵੀ ਹੈ ਰਵਿੰਦਰ, ਮਾਈ ਨੇਮ ਇਜ਼ ਰਵਿੰਦਰ ਕੌਰ। ਸੋ ਨੈਕਸਟ, ਤੁਸੀਂ ਆਪਣੇ ਆਪ ਨੂੰ ਕਿਵੇਂ ਹੋਰ ਵਧੀਆ ਤਰੀਕੇ ਨਾਲ ਦੱਸ ਸਕਦੇ ਹੋ? ਤੁਸੀਂ ਆਪਣੀ ਕੁਆਲੀਫਿਕੇਸ਼ਨ ਇਨਕਲੂਡ ਕਰ ਸਕਦੇ ਹੋ, ਤੁਸੀਂ ਹੋਰ ਵੀ ਕੁਝ ਇਨਕਲੂਡ ਕਰ ਸਕਦੇ ਹੋ, ਬਟ ਅਸੀਂ ਇੱਕ ਐਗਜ਼ਾਮਪਲਸ ਲੈ ਕੇ ਚੱਲਦੇ ਹਾਂ। ਸੋ ਨੈਕਸਟ ਕੁਐਸਚਨ ਹੋ ਸਕਦਾ ਹੈ, ਵਟ ਇਜ਼ ਯੋਰ ਕੁਆਲੀਫਿਕੇਸ਼ਨ। ਸੋ ਹੁਣ ਪਿਛਲੇ ਕੁਐਸਚਨ 'ਚੋਂ ਤੁਸੀਂ ਦੇਖੋ, ਹੁਣ ਤੁਹਾਨੂੰ ਪਤਾ ਹੈ ਵਟ ਦਾ ਮਤਲਬ ਹੈ ਕਿ, ਜਿੱਦਾਂ ਕਿ ਮੈਡਮ ਨੇ ਤੁਹਾਨੂੰ ਦੱਸਿਆ, ਇਜ਼ ਦਾ ਮਤਲਬ ਹੈ, ਯੂਅਰ ਦਾ ਮਤਲਬ ਹੈ ਤੁਹਾਡਾ, ਐਂਡ ਕੁਆਲੀਫਿਕੇਸ਼ਨ ਦਾ ਮਤਲਬ ਹੈ ਤੁਸੀਂ ਕਿੰਨਾ ਕੁ ਪੜ੍ਹੇ ਲਿਖੇ ਹੋ। ਠੀਕ ਹੈ, ਵਟ ਇਜ਼ ਯੂਅਰ ਕੁਆਲੀਫਿਕੇਸ਼ਨ, ਵਟ ਮੀਨਸ ਹੈ, ਸੋਰੀ ਵਟ ਮੀਨਸ ਕੀ, ਦੈਨ ਹੈ, ਯੋਰ ਮੀਨਸ ਤੁਹਾਡੀ, ਕੁਆਲੀਫਿਕੇਸ਼ਨ ਮੀਨਸ ਕਿੰਨਾ ਪੜ੍ਹੇ ਹੋ ਤੁਸੀਂ, ਤੁਹਾਡੀ ਪੜ੍ਹਾਈ ਕੀ ਹੈ, ਵਟ ਇਜ਼ ਯੋਰ ਕੁਆਲੀਫਿਕੇਸ਼ਨ। ਫਿਰ ਤੁਸੀਂ ਕਹੋਗੇ ਆਏ, ਆਏ ਮੀਨਸ ਮੈਂ, ਹੈਵ ਮੀਨਸ ਜਦੋਂ ਆਪਾਂ ਕਰ ਚੁੱਕਾ ਹਾਂ, ਕਰ ਚੁੱਕਾ ਹਾਂ, ਡਨ ਮੀਨਸ ਕਰ ਚੁੱਕਾ ਹਾਂ, ਪਲੱਸ ਟੂ ਮੀਨਸ ਪਤਾ ਹੀ ਹੈ ਤੁਹਾਨੂੰ, ਬਾਰਵੀਂ, ਜੋ ਵੀ ਜਿਹਦੀ ਕੁਆਲੀਫਿਕੇਸ਼ਨ ਆ ਉਹ ਇਹਨੇ ਇੱਥੇ ਮੈਂਸ਼ਨ ਕਰੇਗਾ। ਠੀਕ ਹੈ, ਫਰੋਮ, ਅਗਲਾ ਕੁਐਸਚਨ ਹੈ ਫਰੋਮ ਵਿਚ ਕਾਲਜ, ਦੈਨ ਯੂ ਵਿਲ ਸੇ ਫਰੋਮ ਗਵਰਨਮੈਂਟ ਸਕੂਲ, ਗਵਰਨਮੈਂਟ ਮੀਨਸ ਸਰਕਾਰੀ, ਫਰੋਮ ਮੀਨਸ ਤੋਂ। ਓਕੇ, ਅਗੇਨ ਸੋ ਤੁਸੀਂ ਅਗਰ, ਠੀਕ ਹੈ ਜੀ, ਆਈ ਹੈਵ ਡਨ ਪਲੱਸ ਟੂ ਫਰੋਮ ਗਵਰਨਮੈਂਟ ਸਕੂਲ, ਆਈ ਹੈਵ ਕੰਪਲੀਟਡ ਬੀ ਏ ਫਰੋਮ ਅ ਪ੍ਰਾਈਵੇਟ ਇੰਸਟੀਟਿਊਟ, ਤੁਸੀਂ ਕੁਛ ਵੀ ਕਹਿ ਸਕਦੇ ਹੋ। ਥਰਡ ਕੁਐਸਚਨ 'ਚ ਚੱਲਦੇ ਹਾਂ ਆਪਾਂ, ਇਹਦੇ 'ਚ ਕਹਿ ਰਿਹਾ ਵੇਅਰ ਡੂ ਯੂ ਕਮ ਫਰੋਮ। ਇਹ ਇੱਕ ਤਰੀਕਾ 'ਚ ਸੇਮ ਚੀਜ਼ ਨੂੰ ਪੁੱਛਣ ਦਾ, ਇਸੇ ਤਰੀਕੇ ਨੂੰ ਦੂਸਰੇ ਤਰੀਕੇ ਨਾਲ ਵੀ ਕਹਿ ਸਕਦਾ, ਵੇਅਰ ਡੂ ਯੂ ਲਿਵ। ਇਹਦੇ 'ਚੋਂ ਕੀ ਪੁੱਛ ਰਿਹਾ, ਵੇਅਰ ਡੂ ਯੂ ਕਮ ਫਰੋਮ ਮਤਲਬ ਤੁਸੀਂ ਕਿਹੜੀ ਜਗ੍ਹਾ ਨਾਲ ਸੰਬੰਧ ਰੱਖਦੇ ਹੋ। ਠੀਕ ਹੈ, ਦੂਸਰੇ 'ਚ ਸੇਮ ਚੀਜ਼ ਨੂੰ ਪੁੱਛ ਰਿਹਾ ਕੁਛ ਹੋਰ ਵਰਡ ਯੂਜ਼ ਕਰਕੇ, ਵੇਅਰ ਡੂ ਯੂ ਲਿਵ, ਤੁਸੀਂ ਕਿੱਥੇ ਰਹਿੰਦੇ ਹੋ। ਔਰ ਇਹਦਾ ਵੀ ਆਨਸਰ ਅਸੀਂ ਕਿਸੇ ਵੀ ਤਰੀਕੇ ਨਾਲ ਦੇ ਸਕਦੇ ਹੋ। ਸਭ ਤੋਂ ਪਹਿਲਾਂ, ਆਈ ਐਮ ਫਰੋਮ ਪਟਿਆਲਾ ਸਿਟੀ, ਮੈਂ ਪਟਿਆਲਾ ਸ਼ਹਿਰ ਤੋਂ ਸੰਬੰਧ ਰੱਖਦਾ। ਜੇ ਤੁਸੀਂ ਦੂਸਰੇ ਦਾ ਆਨਸਰ ਦੇਣਾ ਤਾਂ ਤੁਸੀਂ ਕਹੋਗੇ ਆਈ ਲਿਵ ਇਨ ਪਟਿਆਲਾ ਸਿਟੀ। ਠੀਕ ਹੈ ਜੀ, ਤਾਂ ਤੁਸੀਂ ਦੇਖੋ ਕਿਵੇਂ ਨਾਮ ਤੋਂ ਸ਼ੁਰੂ ਕੀਤਾ, ਤੁਸੀਂ ਕੁਆਲੀਫਿਕੇਸ਼ਨ ਦੱਸੀ, ਫਿਰ ਤੁਸੀਂ ਦੱਸਿਆ ਕਿ ਕਿਹੜੇ ਸ਼ਹਿਰ ਜਾਂ ਕਿਹੜੀ ਜਗ੍ਹਾ ਨਾਲ ਸੰਬੰਧ ਰੱਖਦੇ, ਤਾਂ ਹੌਲੀ ਹੌਲੀ ਆਪਣੀ ਇਨਫੋਰਮੇਸ਼ਨ ਹੈ ਜਿਹੜੀ ਤੁਸੀਂ ਐਡ ਆਨ ਕਰ ਰਹੇ ਹੋ ਇੰਟਰੋਡਕਸ਼ਨ ਦੇ ਅੰਦਰ।
वेयर मीन्स बच्चे किथे, डू मीन्स रहंदे, यू मीन्स तुसी, कम मीन्स आना, फ्रॉम मीन्स तो तुसी किथे आउंदे हो, देन तुसी कहोगे वेयर, वेयर मीन्स किथे, डू यू लिव किथे रहंदे हो, आई बिलोंग भी बच्चे इथे चल सकदा, देयर आर सो मेनी सेंटेंसेस ओवर देयर ना, आई बिलोंग टू पटियाला सिटी, जां आई एम फ्रॉम पटियाला सिटी, देन आई लिव इन पटियाला सिटी, मैं कितने रहना, जिथे भी बच्चे तुसी रहने उथे तुसी मेंशन कर दोगे अपने शहर का नाम, फ्रॉम मीन्स तो, आई मीन हाँ, आई मीन्स मैं, आई लिव इन पटियाला सिटी, मैं पटियाला शहर दे विच रहना हाँ। नेक्स्ट क्वेश्चन च देखो तुसी अपनी फैमिली बारे किवें दस सकदे हो, सपोज क्वेश्चन है व्हाट इज योर फादर, ओके, जां टेल मी अबाउट योर पेरेंट्स, ओके, फैमिली दे अंदर तुसी किसी एक मेंबर बारे भी दस सकदे हो या पूरी फैमिली दे बारे जिन्ने भी तुहाडे फैमिली मेंबर्स ने सारे बारे। अच्छा, मीन सारे क्वेश्चन दे डिपेंड करता कि वो क्वेश्चन अगला किवें पूछ रहे। यस, इट डिपेंड करता है कि क्वेश्चन किद्दां पूछा जा रहा है, जे ओ तुहानू पुछदे ने व्हाट इज योर फादर, ओहदा मतलब है कि ओ पुछ रहे ने कि ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਹਨ ਜਾਂ ਉਹ ਕੀ ਹਨ, ਵਟ ਇਜ਼ ਯੋਰ ਫਾਦਰ, ਜੇ ਬੱਚੇ ਇਸ ਦੇ ਵਿੱਚ ਵਟ ਇਜ਼ ਯੋਰ ਫਾਦਰ ਨੇਮ ਆਉਂਦਾ, ਨੇਮ ਮੀਨਸ ਉਹਨਾਂ ਦਾ ਨਾਮ ਕੀ ਹੈ, ਜੇ ਕੱਲਾ ਫਾਦਰ ਆਉਂਦਾ ਤਾਂ ਫਾਦਰ ਕੀ ਕੰਮ ਕਰਦੇ, ਉਹਨਾਂ ਦੀ ਆਕਿਊਪੇਸ਼ਨ ਕੀ ਹੈ, ਉਹ ਕਿਸ ਫੀਲਡ ਦੇ ਅੰਦਰ ਕੰਮ ਕਰਦੇ, ਓਕੇ, ਸੋ ਵਟ ਇਜ਼ ਯੋਰ ਫਾਦਰ, ਇਹਦਾ ਤੁਸੀਂ ਬੜਾ ਸਿੰਪਲ ਆਨਸਰ ਦੇ ਸਕਦੇ ਹੋ, ਮਾਈ ਫਾਦਰ ਇਜ਼ ਅ ਸ਼ਾਪਕੀਪਰ, My father is a farmer. जो भी सर, जिस भी father का profession, जो भी तुम्हारे पिता का profession है, वो तुसी simple जिवें तुसी पहले कहा सी my name is, same way my father is a farmer, a doctor, an engineer. पहले simply सर sentence हो करेंगे my father name is, name means वो थे नाम mention करेंगे जिद्दा उन्होंने अपना किया, then he is a farmer. Yes. तुसी की एक approach भी adopt कर सकते हो, मतलब तुसी सब तो पहले अपने father का नाम दसो, then तुसी कह सकते हो he is a farmer, okay, next question भी same category दे नाल है जिदे च तुसी अपने जिवें मैं पहला क्या कि family दे किसे बच्चे इथे father दी गल होगी, then you will move to your mother, yes. My mother name is that, she is housewife, जे कोई government employee then it's okay, government employee, जो भी तुहाडे mother mother दा profession, ਓਕੇ ਸੋ ਤੁਸੀਂ ਦੇਖੋ ਕਿਵੇਂ ਅਸੀਂ ਸਿਰਫ ਨਾਮ ਤੋਂ ਸਟਾਰਟ ਕੀਤਾ, ਥੋੜੀ ਜੀ ਆਪਣੇ ਬਾਰੇ ਇਨਫੋਰਮੇਸ਼ਨ ਇਨਕਲੂਡ ਕੀਤੀ, ਆਪਣੇ ਫੈਮਿਲੀਜ਼ ਦੇ ਅਲੱਗ-ਅਲੱਗ ਮੈਂਬਰਸ ਦੀ ਇਨਫੋਰਮੇਸ਼ਨ ਇਨਕਲੂਡ ਕਰਕੇ ਤੁਸੀਂ ਆਪਣੇ ਆਪ ਨੂੰ ਪ੍ਰੋਪਰਲੀ ਇੰਟਰੋਡਿਊਸ ਕਰ ਸਕਦੇ ਹੋ। ਹੁਣ ਦੇਖੋ, ਹੁਣ ਤੱਕ ਅਸੀਂ ਗੱਲ ਕੀਤੀ ਕਿ ਮੈਂ ਇਹ ਕੰਮ ਕਰ ਰਿਹਾ ਜਾਂ ਮੇਰੇ ਪੇਰੈਂਟਸ ਇਹ ਨੇ, ਸਾਰੀਆਂ ਗੱਲਾਂ। ਸਪੋਜ਼ ਜਿਹੜਾ ਤੁਹਾਡੇ ਸਾਹਮਣੇ ਕੁਐਸਚਨ ਕਰਨ ਵਾਲਾ ਹੈ, ਤੁਹਾਡੇ ਫਿਊਚਰ ਬਾਰੇ ਵੀ ਜਾਣਨ 'ਚ ਇੰਟਰਸਟਿਡ ਹੋ ਸਕਦਾ ਹੈ। ਸੋ ਇਹ ਵੀ ਇੱਕ ਵਧੀਆ ਚੀਜ਼ ਹੈ ਜੇ ਤੁਸੀਂ ਆਪਣੇ ਫਿਊਚਰ ਨੂੰ ਇੰਟਰੋਡਕਸ਼ਨ 'ਚ ਇਨਕਲੂਡ ਕਰਦੇ ਹੋ। ਤਾਂ ਕੁਐਸਚਨ ਦੇਖੋ ਕੀ ਹੈ, ਸਿਕਸਥ ਕੁਐਸਚਨ ਇਜ਼ ਵਟ ਡੂ ਯੂ ਵਾਂਟ ਟੂ ਬਿਕਮ, ਤੁਸੀਂ ਕੀ ਬਣਨਾ ਚਾਹੁੰਦੇ ਹੋ, ਵਟ ਮੀਨਸ ਕੀ, ਡੂ ਯੂ ਮੀਨ ਚਾਹੁੰਦੇ, ਵਾਂਟ ਮੀਨਸ ਚਾਹੁੰਦੇ, ਟੂ ਬਿਕਮ ਬਣਨਾ, ਟੂ ਬਿਕਮ ਦਾ ਮਤਲਬ ਹੈ ਵੀ ਤੁਸੀਂ ਕੀ ਤੁਹਾਡਾ ਏਮ ਕੀ ਹੈ, ਜਾਂ ਇਸ ਨੂੰ ਸਿੰਪਲੀ ਆਪਾਂ ਕਹਿ ਦਿੰਦੇ ਹਾਂ ਵਟ ਇਜ਼ ਯੋਰ ਏਮ ਇਨ ਲਾਈਫ, ਯੈਸ, ਬਟ ਜੇਕਰ ਬੱਚੇ ਇੰਗਲਿਸ਼ ਦੀ ਗੱਲ ਕਰੀਏ ਦੈਨ ਵਟ ਡੂ ਯੂ ਵਾਂਟ ਟੂ ਬਿਕਮ, ਇਹ ਕਿਨੂੰ ਹੈ, ਫਿਊਚਰ ਨੂੰ ਬਿਲੋਂਗ ਕਰਦਾ ਸੈਂਟੈਂਸ, ਓਕੇ। ਤਾਂ ਤੁਸੀਂ ਦੇਖੋ ਕਿਵੇਂ ਕ੍ਰੀਏਟਿਵਲੀ ਅਸੀਂ ਆਪਣੀ ਸਾਰੀ ਪਾਸਟ, ਪ੍ਰੈਜ਼ੈਂਟ ਦੀ ਤੇ ਫਿਊਚਰ ਦੀ ਇਨਫੋਰਮੇਸ਼ਨ ਸਿਰਫ ਆਪਣੀ ਇੰਟਰੋਡਕਸ਼ਨ 'ਚ ਹੀ ਇਨਕਲੂਡ ਕਰਨ ਜਾ ਰਹੇ ਹਾਂ, ਠੀਕ ਹੈ। ਸੋ ਇਹਦਾ ਰਿਪਲਾਈ ਅਸੀਂ ਕਿੱਦਾਂ ਦੇਵਾਂਗੇ, ਆਈ ਵਾਂਟ ਟੂ ਬੀ ਅ ਡਾਕਟਰ, I want to become a doctor, I want to be a doctor, I yes. want to go to foreign country for higher studies. ਤੁਸੀਂ ਜਿਹੜਾ ਆਪਣਾ aim define ਕਰਤਾ simply ਇੱਕ introduction ਦੇ ਵਿੱਚ, okay. ਇਸ ਤੋਂ ਬਾਅਦ ਦੇਖੋ next question, ਫਿਰ ਤੁਸੀਂ ਆਪਣੀ family ਤੇ ਜਿੱਦਾਂ ਜਾ ਸਕਦੇ ਹੋ, do you have any siblings? Sir, sibling ਦਾ mean? Sibling ਦਾ ਮਤਲਬ ਹੈ ਅਗਰ ਤੁਹਾਡਾ ਕੋਈ real brother ਜਾਂ sister ਹੈ, ਉਹਨਾਂ ਸਾਰਿਆਂ ਨੂੰ ਤੁਸੀਂ ਇਹ ਕਹਿਣ ਦੀ ਬਜਾਏ ਕਿ ਤੁਹਾਡੇ ਕਿੰਨੇ ਭੈਣ ਆ, ਕਿੰਨੇ ਭਰਾ ਆ, ਸਿੰਪਲੀ ਕੁਐਸਚਨ ਪੁੱਛਿਆ ਜਾਂਦਾ ਹਾਊ ਮੈਨੀ ਬ੍ਰਦਰ ਐਂਡ ਸਿਸਟਰ ਡੂ ਯੂ ਹੈਵ, ਹੁਣ ਆਪਾਂ ਇੱਥੇ ਕੁਐਸਚਨ ਲਿਖਤਾ ਡੂ ਯੂ ਹੈਵ ਐਨੀ ਸਿਬਲਿੰਗ, ਯੈਸ, ਸਿਬਲਿੰਗਸ ਦਾ ਮਤਲਬ ਹੈ ਤੁਹਾਡੇ ਰੀਅਲ ਬ੍ਰਦਰ ਜਾਂ ਸਿਸਟਰ ਕੋਈ ਹੈ ਨਹੀਂ, ਇੱਥੇ ਅਸੀਂ ਇਹੀ ਗੱਲ ਪੁੱਛ ਰਹੇ ਹਾਂ ਡੂ ਯੂ ਹੈਵ ਐਨੀ ਸਿਬਲਿੰਗਸ, ਕਿ ਤੁਹਾਡਾ ਕੋਈ ਭੈਣ ਜਾਂ ਭਰਾ ਹੈ, ਇਹਦਾ ਮਤਲਬ ਇਹ ਹੈ। ਤਾਂ ਤੁਸੀਂ ਕਹਿ ਸਕਦੇ ਹੋ ਕੋਈ ਬ੍ਰਦਰ ਸਿਸਟਰ ਨਹੀਂ ਹੈ, ਸੌਰੀ ਟੂ ਇੰਟਰਪਟ, ਜੇਕਰ ਬੱਚੇ ਤੁਹਾਡਾ ਕੋਈ ਬ੍ਰਦਰ ਜਾਂ ਸਿਸਟਰ ਨਹੀਂ ਹੈ, ਤੁਸੀਂ ਕਹੋਗੇ ਆਈ ਹੈਵ ਨੋ, yes, I am a single child, I am a single child of my parents, ja, I have two brother and one sister, two brother and one sister, okay, so sirf assi 7 questions include kitte ne for introduction, tusi innu jadon tuhanu koi bhi banda kahega ki suppose introduce yourself, ja agar main madam nu question kara ki please introduce yourself,
तब तुसी की करोगे एक क्वेश्चंस ने सारे बच्चे क्वेश्चंस सारे रिमूव कर दो तुसी माय नेम इज दिस आई हैव डन दिस आई एम फ्रॉम पटियाला सिटी आई लिव इन पटियाला सिटी माय फादर नेम इज दैट ही इज दैट देन शी माय मदर नेम इज दिस शी इज अ गवर्नमेंट एम्प्लॉय आई वांट टू बी अ डॉक्टर ये थोड़ी बच्चे की होगी सिंपली इंट्रोडक्शन होगी टू हाउ टू इंट्रोड्यूस योरसेल्फ बच्चे जेकर क्वेश्चन मेंशन किए होंगे तो हमें चेते रहेगा भी तुसी वो आंसर किवें देना यस तो इस वीडियो तो मैं पूरी उम्मीद है तुसी चंगी तरह अपने आप को इंट्रोड्यूस कर सकते हो और तुहाडा कॉन्फिडेंस लैवल इंग्लिश लैंग्वेज को सीखने लैके होर भी ज्यादा इंप्रूव हो जाएगा बच्चे थोड़ा बेसिक द स्टेप्स सिखाया कल असि फर्दर मूव करांगे विद सेम वीडियो यस उस वीडियो च असि होर भी डिटेल च जावांगे और तुहाडी हेल्प करांगे इंग्लिश लैंग्वेज को चंगी तरह सीखने लिए प्लीज़ इस चैनल में शेयर करो सबसक्राइब करो अपने फ्रेंड्स तक ये वीडियो पहुँचाओ ताकि वो भी अपने आप को चंगी तरह इंट्रोड्यूस कर सकन अगर तुहाडी कोई भी क्वेरी है इंग्लिश हेल्प लैन लई तो तुसी कॉन्टैक्ट कर सकते हो 9882950 9882950 कैनेडियन इमिग्रेशन एंड आईएलटीएस सेंटर पटियाला थैंक यू फॉर आवर क्लास थैंक यू फॉर वॉचिंग थैंक यू